अस्सलाम वालेकुम वरहमतुल्लाह वबरकातुहु। मेरे प्यारे प्यारे दोस्तों, सज्जनों, मित्रों, तबेलियो, भैनों, दुभराओ, मैं तुहाडा अपना मेज़बान शराफत अली रहमानी। मैनू बड़े बंदे कई बाबा भी सद्दे ने, जिहड़े छोटे ने भाई सद्दी रखण। बाबा 53 साल उम्र है मेरी। अच्छा, गल इह चीज़ दी है भाई, जिहड़ी हुंदी ने भला मानसी, इक भला मानस हुंदा है, इक चलाक हुंदा है। ਚਲਾਕੀ ਉਹ ਚੀਜ਼ ਹੁੰਦੀ ਹੈ, ਭਲਾ ਮਾਨਸੀ ਉਹ ਚੀਜ਼ ਹੁੰਦੀ ਹੈ। ਭਲਾ ਮਾਨਸੀ ਜਿਹੜੀ ਹੋਵੇ ਉਹ ਫਿਰ ਬੰਦਾ ਭਲਾ ਮਾਨਸੀ 'ਚ ਮਾਰਿਆ ਜਾਂਦਾ, ਅਤੇ ਇੱਕ ਬੰਦਾ ਹੁਸ਼ਿਆਰ ਵੀ ਹੁੰਦਾ। ਅੱਜ ਤੁਹਾਨੂੰ ਮੈਂ ਸੁਣਾਉਣਾ ਇੱਕ ਭਲਾ ਮਾਨਸ ਜੱਟ ਦੀ ਗੱਲ, ਬਈ ਉਹ ਭਲਾ ਮਾਨਸ ਨਾਲ ਹੋਇਆ ਕੀ। ਜੱਟ ਬੰਦਾ ਸੀ ਕਿਸੇ ਇਲਾਕੇ ਦੇ ਵਿੱਚ, ਹੈਗਾ ਭਲਾ ਮਾਨਸ ਸੀ, ਅਤੇ ਉਹ ਉਹਨਾਂ ਬੇਲੀਆਂ ਸੱਜਣਾਂ ਦੇ ਕੋਲ ਬਵੇ ਕਰੇ, ਆ ਤਾਂ ਬਾਈ ਬੀਜੀ ਵੀ ਕਰਦਾ ਸੀ। ਅਤੇ ਬੇਲੀਆਂ ਸੱਜਣਾਂ ਨੇ ਨਾ ਗੱਲ ਕੀਤੀ, ਉਹ ਯਾਰ ਔਰਤਾਂ ਕੋਲ ਨਾ, ਜਨਾਨੀਆਂ ਕੋਲ ਮਕਰ ਬੜੇ ਹੁੰਦੇ ਨੇ, ਬੜੇ ਮਕਰ ਹੁੰਦੇ ਨੇ। 404 ਮਕਰ ਹੁੰਦਾ ਹੈ ਜਨਾਨੀ ਕੋਲ, ਅਤੇ ਬੰਦੇ ਕੋਲ ਹੁੰਦੇ ਨੇ ਸਿਰਫ ਕੁੱਲ 4। 4 ਮਕਰ ਜਿਹੜੇ ਨੇ ਉਹ 100-100 ਨੂੰ ਡੱਕ ਲੈਂਦੇ ਨੇ, ਅਤੇ 4 ਜਿਹੜੇ ਨੇ ਨਾ ਉਹ ਵੱਧ ਹੁੰਦੇ ਨੇ, ਜਿਹੜੇ ਬੰਦੇ ਨੂੰ ਖੜਭਾਏ ਪਾਈ ਫਿਰਦੇ ਨੇ। ਸਿਰ ਪੀੜ, ਢਿੱਡ ਪੀੜ, ਰੋ ਪੈਣਾ, ਹੱਸ ਪੈਣਾ, ਇਹ 4 ਮਕਰ ਜਿਹੜੇ ਨੇ ਨਾ ਇਹ ਵੱਧ ਹੁੰਦੇ। ਹੁਣ ਉਹਨੇ ਸੁਣ ਲਈ ਆਵਾਜ਼, ਹੈ ਬਈ ਜਨਾਨੀਆਂ ਕੋਲ ਮਕਰ ਬੜੇ ਹੁੰਦੇ ਨੇ। ਲਵੀ ਉਹ ਤਾਂ ਕਰ ਗਿਆ, ਸਿੱਧੜ ਜਾਏਗਾ ਸੀ ਵਿਚਾਰਾ, ਸਾਈਂ ਲੋਕ ਜਾ, ਏਡਾ ਵੀ ਸਾਈਂ ਲੋਕ ਨਹੀਂ ਸੀ, ਮਤਲਬ ਆਪਦਾ ਕਾਰੋਬਾਰ ਕਰਦਾ ਸੀ, ਚੰਗਾ ਭਲਾ ਸੀ ਬੰਦਾ। ਜਨਾਨੀ ਹੁਸ਼ਿਆਰ ਸੀ, ਉਹਦੀ ਚਲਾਕ ਸੀ ਥੋੜ੍ਹੀ ਜਿਹੀ। ਹੁਣ ਜਾ ਕਹਿੰਦੇ, ਬਲੀਏ ਲੋਕੇ, ਅੱਜ ਤੇਰੇ ਕੋਲ ਇੱਕ ਗੱਲ ਪੁੱਛਣਾ, ਜੇ ਸਿੱਧੀ ਕਰਿਆ ਚੱਲ ਤਾਂ। ਮੈਂ ਕਿਹਾ, ਅੱਲਾ ਦੇ ਬੰਦਿਆ, ਪੁੱਛ ਕਿਹੜੀ ਗੱਲ ਪੁੱਛਣੀ ਹੈ? ਮੈਂ ਸਿੱਧੀ ਕਰਾਂ ਦੀ, ਮੈਂ ਤਾਂ ਇੱਥੋਂ ਕਦੇ ਕੋਈ ਲੁਕਾਈ ਵੀ ਹੈ ਨਹੀਂ ਮੇਰੀ। ਬੜੇ ਲੋਕੇ, ਅੱਜ ਮੇਰੀ ਗੱਲ ਏ ਵੀ ਮੈਨੂੰ ਤੂੰ ਇਹ ਦੱਸ ਵੀ ਮੈਂ ਸੁਣਿਆ ਹੈ ਬਈ ਰੰਨਾ ਕੋਲ ਕਾਈ ਮਕਰ ਵੀ ਹੁੰਦੇ ਹੈ ਨਾ, ਅਤੇ ਤੇਰੇ ਕੋਲੋਂ ਕੋਈ ਹੈ? ਨਖਲ ਬੜੇ ਲੋਕਾ, ਮੇਰੀ ਸੁਣ ਗੱਲ, ਮੇਰੇ ਕੋਲ ਮਕਰ ਤਾਂ ਕਾਈ ਨਹੀਂ, ਮੇਰੇ ਕੋਲ ਇੱਕ ਛੋਟੀ ਜਿਹੀ ਮਕਰੀ ਹੈ, ਮੇਰੀ ਨਾਨੀ ਨੇ ਮੈਨੂੰ ਦਿੱਤੀ ਸੀ, ਉਹ ਹੈਗੀ ਮੇਰੇ ਕੋਲ ਮਕਰ ਸ਼ਕਰ ਕਾਹ ਨਹੀਂ ਹੈਗਾ। ਲੇਕਿਨ ਮੁੰਡਲਾ ਦੀ ਬੰਦੀ ਮੁੜ ਵਿਖਾ, ਮੁੜ ਮਕਰੀ ਵਿਖਾ ਤਾਂ ਸਹੀ, ਉਹਨੇ ਖਾਲੀ ਟਾਈਮ ਕਾਹ ਨਹੀਂ, ਅਤੇ ਮੁੜ ਕਦੇ ਨਾ ਕਦੇ ਕੋਈ ਟਾਈਮ ਬਣਿਆ ਤਾਂ ਤੈਨੂੰ ਮਕਰੀ ਜ਼ਰੂਰ ਵਿਖਾਈ ਸਾ। ਹਾਲਾ ਗਿਆ ਚੰਗਾ। ਲਓ ਦੋਸਤੋ, ਉਹ ਜੱਟਰਾਂ ਨੂੰ ਤਾਂ ਗੱਲ ਭੁੱਲ ਗਈ, 5-10 ਦਿਨ ਪੈ ਗਏ ਨੇ ਜਲੇ, ਅਤੇ ਜੱਟੀ ਨੂੰ ਯਾਦ ਸੀ, ਇਹਨਾਂ ਕਿਹਾ ਵੀ ਇਹਨੇ ਮੈਨੂੰ ਮਕਰ ਪੁੱਛਿਆ ਸੀ, ਅਤੇ ਮੈਂ ਇਹਨੂੰ ਮਕਰੀ ਆਈ ਵਿਖਾਈ ਨਹੀਂ ਜ਼ਰੂਰ ਹੈ। ਰੋਟੀਆਂ ਚੁੱਕ ਲਈਆਂ, ਮਛਲੂ ਨੂੰ ਤਾਂ ਰੱਖ ਲਿਆ, ਲੱਸੀ ਦਾ ਡੋਲਾ ਵੀ ਚੁੱਕ ਲਿਆ, ਬਾਹਰ ਮੁਰੱਬੇ 'ਤੇ ਲਿਜਾਣੀਆਂ। ਇੱਕ ਜਨਾਬ ਵਾਲੀ ਕਦੋਂ ਮੱਛੀ ਲੈ ਲਈ, ਵਾਹਵਾ ਕੋਈ 3.25 ਕਿਲੋ ਦੀ, ਜਦੋਂ ਮੱਛੀ ਲੈ ਲਈ ਤਾਂ ਉਹ ਵੀ ਨਾਲ ਰੋਟੀਆਂ ਦੇ ਨਾਲ ਰੱਖ ਲਈ, ਤਾਂ ਲੈ ਗਈ ਮੁਰੱਬੇ 'ਤੇ। ਜੱਟ ਮੀਆਂ ਹਲ ਜੁੱਤੀ ਖਲੋਤਾ, ਆਰਾਮ ਨੇ ਮੱਲਿਆ ਹੋਇਆ, ਅਤੇ ਜਿੱਥੋਂ ਤੁਹਾਨੂੰ ਪਤਾ ਵੀ ਓਟ ਲੰਘ ਦੀ ਮਿੱਟੀ ਤਾਂ ਹੁੰਦੀ ਹੈ ਪੋਲੀ, ਜਦੋਂ ਦੂਸਰੀ ਸੀਨ ਲੱਗੀ ਹੋਵੇ ਜਾਂ ਤੀਸਰੀ ਸੀਨ ਲਾਵਣ ਨਾ, ਤਾਂ ਫਿਰ ਮਿੱਟੀ ਪਹਿਲੀ ਸੀਨ ਨਾਲ ਤਾਂ ਫਟੀ ਜਾ ਪੋਲੀ ਹੋ ਜਾਂਦੀ। ਉਹਨੇ ਮਲੂਮ ਕੀਤਾ ਵੀ ਓਟ ਦੇ ਨਾਲ ਓਟ ਲੰਘਣੀ ਹੈ, ਫੇਰਾ ਲੈ ਕੇ ਆਉਂਦਾ ਪਿਆ, ਇੱਥੇ ਨੱਪਣੀ ਆ, ਉਹਨੇ ਉੱਥੋਂ ਹੱਥ ਨਾਲ ਮਿੱਟੀ ਪਾਸੇ ਕਰਕੇ ਤੂੰ ਮੱਛੀ ਉੱਥੇ ਨੱਪ ਦਿੱਤੀ। ਜੇ ਲੈ ਉੱਥੇ ਮੱਛੀ ਜੇ ਨੱਪੀ, ਅਤੇ ਜੱਟ ਜਿਹੇ ਹੱਲ ਲੈ ਕੇ ਉੱਥੇ ਆਇਆ, ਅਤੇ ਜਨਾਬ ਜੂਹ ਥੱਲੋਂ ਹੱਲ ਦਾ ਪਿਆੜਾ ਫਾਲਾ, ਇਹ ਆਈ ਕਰਕੇ
ਉਹ ਮੱਛੀ ਜਿਹੜੀ ਬੁੜ ਕੇ ਬਾਹਰ ਆ ਪਈ। ਜੱਟ ਕਰ ਬੋਲਾ ਕਹਿੰਦਾ ਇਹ ਕਰਮ ਵਾਲੀ ਹੈ ਵੇ, ਅੱਲਾਹ ਤਾਲਾ ਦਿੰਦਾ ਛੱਤ ਪਾੜ ਕੇ। ਜਦੋਂ ਅੱਲਾਹ ਤਾਲਾ ਦੇਵੇ ਨਾ ਛੱਤ ਪਾੜ ਕੇ, ਉਦੋਂ ਇੰਝ ਦਿੰਦਾ ਹੀ। ਵੇਖ ਲਾ ਸੁੱਕੇ ਵਾਹਣ ਦੇ ਵਿੱਚੋਂ ਅੱਲਾਹ ਤਾਲਾ ਨੇ ਮੱਛੀ ਦੇ ਦਿੱਤੀ। ਹੋਰ ਆਪਾਂ ਨੂੰ ਕੀ ਚਾਹੀਦਾ, ਅੱਲਾਹ ਦੀ ਬੰਦੀਏ ਕੀ ਲਿਆਂਦਾ ਕੀ ਖਾਣ ਨੂੰ। ਉਹਨੇ ਕਿਹਾ ਖਾਣ ਨੂੰ ਆ ਮਰਚ ਲੂਣ ਅਤੇ ਲੱਸੀ ਆਈ। ਉਹਨੇ ਕਿਹਾ ਤੂੰ ਇਵੇਂ ਕਰੋ, ਆ ਲੱਸੀ ਵਾਲਾ ਡੋਲਾ ਉਰਾ ਮੇਰੇ ਹੱਲੇ ਕਰ, ਇਹ ਮੈਂ ਪੀ ਲੈਂਦਾ, ਮੇਰਾ ਕਈ ਗੁਜ਼ਾਰੜਾ ਮੁਜ਼ਾਰੜਾ ਹੋ ਜੀ ਸੀ। ਤੂੰ ਇਵੇਂ ਕਰ ਵੀ ਆ ਲਈ ਜਾ ਮੱਛੜੀ, ਇਹਨੂੰ ਗੱਲ ਜਾ ਕੇ ਚੰਗੀ ਤਰ੍ਹਾਂ ਬਣਾ ਕੇ ਛਿੱਲ ਮੁੱਛ ਕੇ ਦੇ, ਤੜਕਾ ਛਿੜਕਾ ਲਾ ਕੇ ਬਣਾ ਅਤੇ ਸਾਲਣ ਬਣਾ ਚੰਗਾ ਰੀਝ ਨਾਲ, ਅਤੇ ਅੱਲਾ ਦੀ ਇਹ ਬੰਦੀ ਅੱਜ ਘਰ ਬਹਿ ਕੇ ਅਤੇ ਰੋਟੀ ਮੱਛੀ ਨਾਲ ਖਾਈ ਸੈ। ਉਹਨੇ ਖਾਲਾ ਗਿਆ ਚਲੋ ਜਿਵੇਂ ਤੂੰ ਆਉਣਾ, ਲਓ ਜੀ ਮੱਛੀ ਉਹਨੇ ਚੰਗੇ ਰੋਟੀਆਂ ਵਾਲੀ ਦੇ ਵਿੱਚ ਲਈ ਰੱਖ, ਸਿਰ 'ਤੇ ਰੱਖ ਲਈਆਂ ਅਤੇ ਘਰ ਨੂੰ। ਜਦੋਂ ਘਰ ਆਈ ਨਾ ਤਾਂ ਆਣ ਕੇ ਉਹ ਮੱਛੀ ਜਿਹੜੀ ਸਾਨੂੰ ਜੱਟੀ ਨੇ ਉਹ ਲੁਕਾ ਲਈ। ਹੁਣ ਜੱਟ ਜਿਹੜਾ ਸੀ ਚਾਹੀਂ ਜੀ ਕੱਛਾ ਮਾਰਦਾ ਫਿਰੇ, ਕਦੇ ਕਦਾਈ ਉਹਨੇ ਮੱਛੀ ਖਾਣੀ ਸੀ ਉਹਦੇ ਨਾਲ ਲਾ ਕੇ, ਕਦੇ ਲੱਭੀ ਨਾ ਲਵਾਈ ਪਿੰਡਾਂ ਥਾਵਾਂ 'ਤੇ ਰਹਿੰਦੇ ਆਣ ਲਵੀ ਉਹ ਨਾ। ਜੱਟ ਜਿਹਾ ਲੱਗਿਆ ਨਾ ਦੋ ਕੇ ਅਤੇ ਮੂੰਹ ਮਾ ਦੋ ਕੇ ਜਨਾਬ ਵਾਲੀ ਅਤੇ ਮੰਜੇ ਦੇ ਉੱਤੇ ਬਹਿ ਗਿਆ। ਲਿਆ ਕਰਮਾ ਵਾਲੀਏ ਮੁੜ ਰੋਟੀ ਖਾਵੀਏ। ਲਓ ਜੀ ਜੱਟੀ ਨੇ ਨਾ ਉਹ ਸੁੱਕੀਆਂ ਮਿਰਚਾਂ ਅਤੇ ਰੋਟੀ ਉੱਤੇ ਰੱਖ ਕੇ ਅਤੇ ਲਿਆ ਕੇ ਅਤੇ ਜੱਟ ਦੇ ਅੱਗੇ ਰੱਖ ਦਿੱਤੀਆਂ। ਲਓ ਜੀ ਖਾਓ ਰੋਟੀ। ਜੱਟ ਆ ਕੇ ਹੈ ਕਰਮਾ ਵਾਲੀ ਤੈਨੂੰ ਮੈਂ ਮੱਛੀ ਦਿੱਤੀ ਆਈ ਆ, ਉਹ ਕਿਤੇ ਸੱਟੀ ਆਈ ਕਾਹ ਨਹੀਂ ਪਕਾਈ, ਮੈਂ ਤੈਨੂੰ ਆਖਿਆ ਵੀ ਮੱਛੀ ਚੱਲ ਕੇ ਪਕਾ ਅਤੇ ਉਹਦੇ ਨਾਲ ਰੋਟੀ ਖਾਸ ਹੈ, ਅਤੇ ਉਹ ਕਿਤੇ ਸੱਟੀ ਗਈ। ਨਖੱਲਾ ਤਾਂ ਬੰਦਿਆ ਕਿਹੜੀ ਮੱਛੀ, ਜੋ ਜਿਹੜੀ ਵਾਹਣ 'ਚੋਂ ਨਿਕਲੀ ਆ ਉਹ ਤੈਨੂੰ ਮੈਂ ਫੜਾਈ ਆਈ, ਜਿਹੜੀ ਵਾਹਣ 'ਚੋਂ ਨਿਕਲੀ ਆਈ ਮੱਛੀ। ਨਾ ਦੂਰ ਦੂਰ ਵਾਹਣ 'ਚੋਂ ਨਿਕਲੀ ਆਈ, ਪਾਗਲ ਹੋ ਗਏ, ਕਦੇ ਵਾਹਨਾਂ 'ਚੋਂ ਮੱਛੀਆਂ ਨਿਕਲੀਆਂ ਨੇ, ਮੱਛੀਆਂ ਨਿਕਲਦੀਆਂ ਨੇ ਪਾਣੀਆਂ 'ਚ ਹੁੰਦੀਆਂ ਨੇ, ਦਰਿਆਵਾਂ 'ਚ, ਨਹਿਰਾਂ 'ਚ, ਖਾਲਿਆਂ 'ਚ, ਚੱਪੜਾਂ 'ਚ, ਪਾਣੀ 'ਚ ਮੱਛੀ ਹੁੰਦੀ ਤਾਂ ਪਾਣੀ ਦਾ ਭੂੰਗ ਹੁੰਦਾ ਮੱਛੀ, ਅਤੇ ਦੁਬਾਣ 'ਚ ਮੱਛੀ ਕਿੱਥੋਂ ਕੱਢ ਲਈ ਬਈ। ਜੱਟ ਆ ਕਹੇ ਅੱਲਾ ਦੀ ਬੰਦੀਏ ਮੈਨੂੰ ਵੱਟ ਪਚੜਦਾ ਹੀ, ਮੈਨੂੰ ਸਹੀ ਸੀ ਸਿੱਧੀ ਗੱਲ ਕਰ ਦੱਸ, ਜੇ ਤਾਂ ਰਿੰਨ ਕੇ ਖਾ ਲਈ ਗਈ ਤਾਂ ਵੀ ਦੱਸ ਚਾ, ਜੇ ਮੈਨੂੰ ਨਹੀਂ ਰਿੰਨ ਕੇ ਖਵਾਈਣੀ ਤਾਂ ਵੀ ਦੱਸ ਚਾ, ਦਿੱਤੀ ਤਾਂ ਤੈਨੂੰ ਮੈਂ ਹੈ, ਐਵੇਂ ਮੈਨੂੰ ਵੱਟ ਨਾ ਝਾੜ। ਉਹਨੇ ਆਖਿਆ ਵੇ ਅੱਲਾ ਤਾਂ ਬੰਦਿਆ ਹੋਸ਼ ਕਰ, ਦਿਮਾਗ ਨੂੰ ਨੇੜੇ ਢੋ, ਐਵੇਂ ਉੱਛਲ ਉੱਛਲ ਕੇ ਪਿਆਉਣਾ, ਅੱਗੋਂ ਮੁੜੋਂ ਦਾ ਕੰਮ ਸੀ ਵੀ ਥੋੜ੍ਹਾ ਜਿਹਾ ਵੈੜਾ ਬੋਲਣਾ, ਬਈ ਜੱਟ ਮੈਨੂੰ ਕੋਈ ਦੋ ਤਿੰਨ ਪੌਲੇ ਗੱਤੇ। ਉਹ ਜੱਟ ਨੂੰ ਮੀਆਂ ਜਿਹਾ ਗੁੱਸਾ ਚੜਿਆ, ਉੱਠ ਬੈਠਾ, ਉਹਨੇ ਤਾਂ ਮੀਆਂ ਹੱਥ ਟਾਂਬ ਆ ਗਿਆ, ਤੁਹਾਨੂੰ ਫੜ ਲਿਆ ਪੰਜ ਸੱਤ ਕੁਕਾਜ ਤੇ ਮੋਹਰਾਂ 'ਚ, ਤੁਹਾਨੂੰ ਪਤਾ ਵੀ ਜਨਾਨੀ ਨੂੰ ਟਾਂਬ ਵੱਜਣੇ ਮੁੜ ਹਾਲ ਤਾਂ ਹੁੰਦੀ ਹੈ ਨਾ, ਅਤੇ ਪਖਾਇਆ ਤਾਂ ਉਹਨੂੰ ਉਹਨੇ ਆਪ ਸੀ ਕੁੱਦਿਆ ਆ। ਜਿਹੜਾ ਬੜਾ ਮਾਣਸ ਹੁੰਦਾ ਨਾ ਇਹ ਬੜਾ ਫੈੜਾ ਹੁੰਦਾ ਜੇ, ਇਹ ਵੀ ਤੁਹਾਨੂੰ ਮੈਂ ਦੱਸਦਾ ਸਮਝੋ। ਇੱਕ ਬੜਾ ਮਾਣਸ ਜਿਹੜਾ ਹੁੰਦਾ ਨਾ, ਬੜਾ ਮਾਣਸ ਨੂੰ ਬੜਾ ਮਾਣਸ ਨਾ ਸਮਝੋ, ਜੇ ਬੜਾ ਮਾਣਸ ਕੁੱਦ ਪਵੇ ਤਾਂ ਉਹਦੇ ਰੰਗਾ ਫੈੜਾ ਬੰਦਾ ਹੀ ਕੁੜੀ ਹੁੰਦਾ। ਹੁਣ ਬੜਾ ਮਾਣਸ ਅੱਗ ਲੱਗੀ ਖਲੋਤੀ ਸੀ, ਅੱਛੀ ਉਹਨੇ ਮੱਛੀ ਪਦਾਈ, ਜੱਟੀ ਵੇਰ ਗਈ, ਜਦੋਂ ਪੰਜ ਸੱਤ ਟਾਂਬ ਉਹਨੇ ਸੱਟੇ, ਜੱਟੀ ਤਾਂ ਉੱਚੀ ਉੱਚੀ ਹਾਲ ਹਾਲ 'ਚ ਕੀਤੀ, ਉਹ ਜਨਾਨੀਆਂ ਨੂੰ ਤਾਂ ਐਵੇਂ ਹੱਥ ਲੱਗ ਗਏ ਤਾਂ ਬਾਂ ਬਾਂ ਕਰ ਉੱਠਦੀਆਂ, ਉਹਨੇ ਟਾਂਬ ਸੱਟ ਦਿੱਤੇ। ਉਸ ਲਈ ਆਦਮ ਆੜ ਭੱਜ ਕੇ ਉਹਨਾਂ ਕਹਾ ਇੱਦਾਂ ਕੀ ਬਣ ਗਿਆ, ਅਤੇ ਇੱਦਾਂ ਕੀ ਬਣ ਗਿਆ। ਜਿਹੜੇ ਆਣ ਵੜੇ ਅਤੇ ਜੱਟ ਜਿਹੜਾ ਤਾਂ ਆ ਕੇ ਪਿਛਾਂਟ 'ਚ ਮੈਂ ਛੱਡਣਾ ਹੀ ਨਹੀਂ, ਮਾਰ ਦੇਣਾ, ਕੁੱਦਿਆ ਖਲੋਤਾ ਸੀ ਨਾ। ਉਹਨਾਂ ਕਹਾ ਵੇ ਭਰਾਓ ਮੇਰਾ ਬੰਦਾ ਪਾਗਲ ਹੋ ਗਿਆ ਇਹਨੂੰ ਫੱਦੋ, ਵੇ ਭਰਾਓ ਮੇਰਾ ਬੰਦਾ ਪਾਗਲ ਹੋ ਗਿਆ ਜਿਹਨੂੰ ਫੱਦੋ।
ਉਹ ਬੰਦਿਆਂ ਨੂੰ ਫੱਦਿਆ ਜੱਟ ਨੂੰ ਨਗਾ ਦਿਆ, ਤੈਨੂੰ ਬਣਿਆ ਕੀ ਆ, ਦਿਆ ਤੈਨੂੰ ਬਣਿਆ ਕੀ, ਦੱਸ ਤਾਂ ਸਹੀ, ਤੈਨੂੰ ਹਾਏ ਕੀ, ਕਿਉਂ ਪੇ ਮਰਨਾ ਇਹਨੂੰ ਵਿਛੋਦੀ ਨੂੰ? ਮੈਂ ਕਿਹਾ ਇਹ ਚਵਲ ਜਹਾਨ ਦੀ ਨੂੰ ਮੱਛੀ ਦਿੱਤੀ ਆਈ ਆ, ਇਹਨੇ ਜੋ ਮੈਨੂੰ ਨਹੀਂ ਖਵਾਉਣੀ ਤਾਂ ਸਿੱਧੀ ਆਖੇ ਵੀ ਮੈਨੂੰ ਮੱਛੀ ਮੈਂ ਤੈਨੂੰ ਨਹੀਂ ਖਵਾਉਣੀ, ਗੱਲ ਮੁੱਕੀ, ਗੱਲ ਕਰਦੀ ਨਾ ਖਵਾਏ, ਉਹ ਮੰਨੇ ਤਾਂ ਸਹੀ ਵੀ ਮੈਂ ਇਹਨੂੰ ਦਿੱਤੀ ਹੈ ਆਪ। ਉਹਨੇ ਆਖਿਆ ਮੱਛੀ ਕਿੱਥੋਂ ਦਿੱਤੀ ਗਈ? ਉਹਨੇ ਕਿਹਾ ਪੁੱਛ ਲਓ ਇਹਨੂੰ। ਨਾ ਕਿੱਥੋਂ ਤੈਨੂੰ ਮੱਛੀ ਦਿੰਦਾ? ਕਹਾਂ ਵੀ ਭਾਈ ਇਹਨੂੰ ਪੁੱਛੋ ਇਹਨੇ ਮੱਛੀ ਮੈਨੂੰ ਕਿੱਥੋਂ ਦਿੱਤੀ। ਉਹਨੇ ਕਿਹਾ ਮੈਂ ਹਲ ਪਿਆ ਪਾਉਣਾ ਅਤੇ ਵਾਹਣ ਦੇ ਵਿੱਚੋਂ ਨਿਕਲ ਆਈ ਮੱਛੀ, ਇਹਨੂੰ ਮੈਂ ਦਿੱਤੀ ਹੈ, ਵੀ ਆ ਲੈ ਜਾ ਘਰ 'ਤੇ ਜਾ ਕੇ ਛਿੱਲ ਮੁੱਛ ਕੇ ਬਣਾ ਅਤੇ ਇਹਨੇ ਨਾਲ ਰੋਟੀ ਖਾਸਾ। ਇਹ ਧੀਆਂ ਦੀ ਜੋ ਮਿਰਚਾਂ ਸੁੱਕੀਆਂ ਮੇਰੀ ਬੁੰਡੇ ਤੁਨੀਆਂ ਨੇ, ਮੈਂ ਤਾਂ ਕਾਹ ਨਹੀਂ ਖਾਣੀਆਂ ਇਹ। ਚਲੋ ਜੀ ਨਹੀਂ ਮੈਨੂੰ ਖੋਣੀ ਦਫ਼ਾ ਹੋਵੇ ਪਰ ਦੱਸੇ ਮੈਨੂੰ ਵੀ ਮੈਂ ਦਿੱਤੀ ਤੈਨੂੰ ਹੈ। ਉਹ ਜਨਾਨੀ ਆਖਿਆ ਵੀ ਭਰਾਓ ਤੁਹਾਡੇ ਤਾਂ ਇਨਸਾਫ ਰਹਿ ਗਿਆ, ਸਹੀ ਸਹੀ ਗੱਲ ਕਰਿਆ ਹੈ ਵੀ ਸੁੱਕਿਆਂ ਵਾਹਨਾਂ ਦੇ ਵਿੱਚੋਂ ਮੱਛੀਆਂ ਕਦੇ ਨਿਕਲੀਆਂ ਨੇ, ਸਾਰੀ ਉਮਰ ਤੂੰ ਸਾਜੂ ਹਲ ਵਾਹੇ ਨੇ, ਨਾਲੇ ਹੋਰ ਹੋਵੇ ਟੰਬ ਛੁੱਟੇ ਸਨ ਮੋਹਰਾਂ 'ਚ ਉਹਨੂੰ ਚਾਰ ਆਖੇ ਵੀ ਕਦੇ ਤੁਹਾਨੂੰ ਸੁੱਕਿਆਂ ਵਾਹਨਾਂ 'ਚ ਮੱਛੀਆਂ ਵੇਖੀਆਂ ਨਿਕਲਦੀਆਂ? ਉਹਨਾਂ ਆਖਿਆ ਨਹੀਂ ਨਿਕਲੀਆਂ, ਮੱਛੀਆਂ ਤਾਂ ਪਾਣੀਆਂ 'ਚ ਹੁੰਦੀਆਂ ਨੇ, ਕਦੇ ਸੁੱਕੇ ਪਾਣੀ ਤਾਂ ਮੱਛੀ ਹੁੰਦੀ ਨਹੀਂ। ਉਹਨਾਂ ਕਹਿੰਦਾ ਫਿਰ ਇਹ ਪਾਗਲ ਨਹੀਂ, ਇਹ ਤਾਂ ਹੋਰੇ ਕੀ ਹੈ, ਬੰਦਾ ਮੇਰਾ ਪਾਗਲ ਹੋ ਗਿਆ ਅਤੇ ਜਿਵੇਂ ਜਾਣਦੇ ਜੇ ਇਹਨੂੰ ਬੰਨੋ ਨਹੀਂ ਤਾਂ ਦਿਆ ਮੈਨੂੰ ਲੈ ਗਿਆ ਇਹ, ਮੈਨੂੰ ਨਹੀਂ ਛੱਡਦਾ ਲੋਕ। ਆਪਦੀ ਕਰਤੂਤ ਦਾ ਫਿਰ ਪਤਾ ਹੁੰਦਾ ਨਾ ਜਿਹੜੀ ਕੀਤੀ ਹੋਵੇ, ਲੈ ਵੀ ਉਹਨਾਂ ਰੱਸਾ ਲਿਆ ਫੜ ਅਤੇ ਵਿਹੜੇ ਦੇ ਵਿੱਚ ਇੱਕ ਰੁੱਖ ਜਾਂ ਕਿੱਕਰ ਦਾ ਕੇ ਢਾਲੀ ਕੇ ਕੁਬਲਾਂ, ਉਹਨਾਂ ਮੀਆਂ ਜੀ ਉਹਦੇ ਨਾਲ ਘੁੱਟ ਕੇ ਬੰਨਿਆ। ਉਹਨਾਂ ਕਹਾਂ ਚੰਗੀ ਤਰ੍ਹਾਂ ਘੁੱਟ ਕੇ ਬੰਨ ਦਿਆ, ਜੇ ਛੁੱਟ ਗਿਆ ਤਾਂ ਮਤ ਨਾ ਜਾਣੀਆਂ ਲੈਂਦਾ ਹੋਵੇ, ਜਨਾਨੀ ਨੂੰ ਮਾਰ ਸੱਟੇ। ਲੈ ਵੀ ਉਹਨਾਂ ਘੁੱਟ ਕੇ ਰੀਝ ਨਾਲ ਜਾਂ ਬੰਨਿਆ ਅਤੇ ਬੰਨ ਕੇ ਉਹ ਚਲੇ ਗਏ। ਜਿਹੜਾ ਚਲੇ ਗਿਆ ਤਾਂ ਗਿੱਟੀ ਜਿਹੜੀ ਸੀ ਨਾ ਉਹ ਜਨਾਬ ਅੰਦਰ ਵਗੀ ਗਈ ਅਤੇ ਉਹੀਓ ਮੱਛੀ ਚੁੱਕੀ ਲਈ ਕਰਦੀ, ਏ ਆ ਵੇਖਾ ਭਲਾ ਉਹੀਓ ਮੱਛੀ ਏ, ਅਈ ਇਹਨੂੰ ਵਿਖਾਵੇ, ਅਵੇ ਮੱਛੀ ਉਹੀਓ ਏ। ਜੱਟ ਨੇ ਬੂਬੂ ਕਰ ਦਿੱਤੀ, ਉਹ ਮੁਲਕੋ ਭੱਜ ਕੇ ਆਓ, ਉਹ ਮੁਲਕੋ ਭੱਜ ਕੇ ਆਓ। ਬੰਦਿਆਂ ਨੂੰ ਫਿਕਰ ਪੈ ਗਿਆ ਵੀ ਜੱਟ ਨੂੰ ਬਦਲ ਬਣ ਕੇ ਗਿਆ। ਜਦੋਂ ਫਿਰ ਉਹ ਆਏ ਬੰਦੇ ਅਤੇ ਉਹਨਾਂ ਕਹਾ ਮੈਨੂੰ ਹੁਣ ਇਹਨੇ ਮੱਛੀ ਅੰਦਰੋਂ ਕੱਢ ਕੇ ਵਿਖਾਈ, ਉਹਨੇ ਉਹਨਾਂ ਨੂੰ ਲੁਕਾ ਲਈ। ਉਹਨਾਂ ਕਹਾ ਮੈਨੂੰ ਹੁਣ ਇਹਨੇ ਵਿਖਾਈ ਕੱਢ ਕੇ। ਉਹਨਾਂ ਕਹਾ ਵੀ ਭਰਾਓ ਤੁਹਾਨੂੰ ਇੱਕੋ ਗੱਲ ਮੁਕਾਈ ਹੈ ਕਿ ਬੰਦਾ ਮੇਰਾ ਹੋ ਗਿਆ ਪਾਗਲ, ਦਿਮਾਗ ਇਹਦਾ ਕੰਮ ਨਹੀਂ ਪਕੜਦਾ, ਇਹਨੂੰ ਜਰਾ ਘੁੱਟ ਕੇ ਰੱਸਾ ਹੋਰ ਪਾਓ ਮੈਂ ਤਾਂ ਛੁੱਟ ਜਾ। ਉਹਨੂੰ ਇਹ ਪਤਾ ਸੀ ਵੀ ਜਿਹੜਾ ਮੈਂ ਕੰਮ ਕੀਤੀ ਖਲੋਤੀ ਹਾਂ, ਜੇ ਗਿਆ ਛੁੱਟ ਤਾਂ ਮੇਰੀ ਖੈਰ ਕਾਇਨੀ, ਇਹ ਮੈਨੂੰ ਮਾਰ ਹੀ ਦੇਦਾ। ਤੁਹਾਨੂੰ ਪਤਾ ਵੀ ਕੁੱਦਿਆ ਜਾ ਬੜਾ ਮਾਨਸ ਬੜਾ ਭੈੜਾ ਹੁੰਦਾ। ਲੈ ਵੀ ਉਹ ਨਾ ਜਦੋਂ ਉਹਨਾਂ ਰੀਝ ਨਾ ਫਿਰ ਦੁਬਾਰਾ ਉਹਨੂੰ ਹੋਰ ਇੱਕ ਰੱਸਾ 'ਚ ਪਾਇਆ, ਘੁੱਟ ਕੇ ਜਾ ਬੰਨਿਆ ਨਾ ਹੱਲਾ ਵੀ ਬੰਨ ਦਿੱਤਾ। ਉਹਨਾਂ ਕਹੇ ਭਰਾਓ ਹੁਣ ਜਾਓ, ਮੇਰੀ ਜ਼ਿੰਦਗੀ ਹੈ ਅਤੇ ਬਾਅਦ 'ਚ ਰੀਸਾਂ 'ਤੇ ਜੇ ਮਰਨਾ ਇਹਦੇ ਹੱਥੋਂ ਤਾਂ ਮੁੜ ਮਾਰੀ ਜਾਣਾ, ਜਾਓ ਤੁਸੀਂ ਉਹਨਾਂ ਤੋਂ ਤੁਸੀਂ ਨਾ ਆਵਿਆ ਜੇ ਭਾਵੇਂ ਜਿਵੇਂ ਮਰਜ਼ੀ ਰੌਲਾ ਪੈਂਦਾ ਰਹੇ, ਚੰਗਾ ਆ ਗਿਆ। ਲੈ ਵੀ ਸੱਜਣੋ ਬੰਦੇ ਗਏ ਚਲੇ, ਪਿੱਛੋਂ ਜਨਾਨੀ ਜਿਹੜੀ ਸੀ ਨਾ ਉਹਨੇ ਫਿਰ ਮੱਛੀ ਚੁੱਕ ਲਿਆਂਦੀ। ਉਹਨੇ ਆਖਿਆ ਆਵੇ ਆਊਗੀ ਉਹ ਮੱਛੀ, ਉਹਨੇ ਫਿਰ ਚਬੂਬੂ ਕੀਤੀ, ਬੰਦਾ ਤਾਂ ਕਾਹ ਨਾ ਆਇਆ ਪਰ ਲੇਕਿਨ ਉਹਨੇ ਆਖਿਆ ਗੱਲ ਸੁਣ ਲਾ ਤੇ ਬੰਦਿਆ, ਹੁਣ ਤੈਨੂੰ ਮੈਂ ਗੱਲ ਦੱਸਾਂ ਅਸਰ, ਸਾਰੀ ਉਮਰ ਅੱਗੇ ਹਲਵਾਉਂਦਾ ਰਿਹਾ, ਕਦਾਈ ਮੱਛੀ ਨਿਕਲੀ ਵੇਖੀ? ਉਹਨੇ ਆਖਿਆ ਉਹ ਚਵਲ ਜਾਣ ਦੀ ਆ, ਅੱਜ ਤਾਂ ਨਿਕਲੀ ਹੈ ਨਾ, ਅੱਗੇ ਨਹੀਂ ਨਿਕਲੀ ਤਾਂ ਅੱਜ ਤਾਂ ਨਿਕਲੀ ਹੈ। ਉਹਨੇ ਆਖਿਆ ਅੱਜ ਜ਼ਰੂਰ ਨਿਕਲੀ ਹੈ, ਲੇਕਿਨ ਉਹ ਨਿਕਲੀ ਕਿਵੇਂ? ਮੈਂ ਤੈਨੂੰ ਪਾਗਲ ਬਣਾਉਣ ਦੀ ਖਾਤਰ ਮੱਛੀ ਆਪ ਉੱਥੇ ਜਾ ਕੇ ਨੱਪੀ ਹੈ। ਅੱਜ ਤੋਂ 8-10 ਦਿਨ ਪਹਿਲੇ ਤੂੰ ਮੈਨੂੰ ਇਹ ਗੱਲ ਪੁੱਛੀ ਸੀ ਬਈ ਸਵਾਣੀਆਂ ਕੋਲ ਕੋਈ ਮੱਕਰ ਹੁੰਦੇ ਨੇ ਤੇਰੇ ਕੋਲੋਂ ਵੀ ਹੈ ਕਿ ਨਹੀਂ? ਅਖੇ ਆ ਪੁੱਛੀ ਆਈ ਆ। ਅਤੇ ਫਿਰ ਮੈਂ ਤੈਨੂੰ ਕੀ ਆਖਿਆ ਸੀ? ਤੂੰ ਐਂ ਮੈਨੂੰ ਆਖਿਆ ਸੀ ਮੇਰੇ ਕੋਲ ਇੱਕ ਨਾਨੀ ਨੇ ਮੱਕਰੀ ਦਿੱਤੀ, ਉਹ ਮੱਕਰੀ ਹੈ। ਉਹਨਾਂ ਕਹਾ ਇਹ ਮੈਂ ਤੈਨੂੰ ਵਿਖਾਈ ਹੈ ਮੱਕਰੀ,
ਠੀਕ ਹੈ, ਇਹ ਮੱਛੀ ਲਈ ਹੈ ਮੈਂ ਮੁੱਲ, ਅਤੇ ਉੱਥੇ ਲਿਜਾ ਕੇ ਤੇਰੀ ਓੜ ਜਿੱਥੋਂ ਲੰਘਣੀ ਸੀ ਉੱਥੇ ਨੱਪੀਏ ਤਾਂ ਕਿ ਤੈਨੂੰ ਪਾਗਲ ਬਣਾਵਾਂ। ਇਹ ਮਖਾ ਵਿਖਾਈਏ ਤੈਨੂੰ ਇੱਕ ਮਕਰੀ, ਅਤੇ ਜੇ ਮੁੜ ਜੇ ਅੱਲਾ ਦੇ ਬੰਦਾ ਕਈ ਵੱਡਾ ਮਕਰ ਵੀ ਵੇਖਣਾ ਹੋਵੇ ਨਾ, ਤਾਂ ਮੁੜ ਕਿਸੇ ਦਿਨ ਮੁੜ ਤੈਨੂੰ ਵਿਖਾਈ ਸਾਂ। ਉਹਨੇ ਆਖਾ ਧਰੋਈ ਰੱਬ ਦੀ ਮੇਰੇ ਪਿਓ ਦੀ ਵੀ ਤੋਬਾ, ਮੈਂ ਨਾ ਕੋਈ ਮਕਰ ਵੇਂਦਾ ਨਾ ਮਕਰੀ ਵੇਂਦਾ, ਤੂੰ ਮੇਰਾ ਰੱਸਾ ਖੋਲ ਮੈਂ ਨਿਕਲ ਜਾਵਾਂ, ਮੇਰੇ ਤਾਂ ਡੰਗਰ ਭੁੱਕੇ ਵੀ ਮਰਦੇ ਨੇ ਬਾਹਰ। ਉਹਨੇ ਆਖਿਆ ਜੀ ਮੁੜ ਮੇਰੇ ਨਾਲ ਕਸਮ ਚੁੱਕ ਪਹਿਲੇ, ਮੈਨੂੰ ਆਖੇ ਤਾਂ ਕੁਝ ਨਾ। ਉਹਨੇ ਆਖਿਆ ਮੇਰੀ ਤੋਬਾ, ਮੈਂ ਨਹੀਂ ਤੈਨੂੰ ਕੁਛ ਆਉਂਦਾ। ਉਹਨੇ ਉਹਦਾ ਰੱਸਾ 'ਚ ਖੋਲਿਆ ਮੀਆਂ ਜੱਟ ਦਾ, ਜੱਟ ਛੁੱਟਾ ਉਹ ਮੀਆਂ ਲਿੱਤਰ ਰਾਤ ਕਿਤੇ ਟੁਰ ਪਿਆ। ਜਨਾਨੀ ਜੱਟੀ ਮਗਰੋਂ ਬੋਲੇ ਨਾ ਕਿਹਾ ਜਾ ਨਾ ਬਹਿ ਜਾ, ਹੁਣ ਤੈਨੂੰ ਮੈਂ ਮੱਛੀ ਰਹਿਣ ਕੇ ਖਵਾਈ ਆ, ਖਾਧੀ ਤਾਂ ਜਾ, ਇਹੋ ਮੱਛੀ ਖਵਾਉਣੀ ਆ ਬਾਏ। ਉਹਨੇ ਕਹਿੰਦੀ ਮੈਂ ਨਹੀਂ ਖਾਂਦਾ, ਜਾ ਤੂੰ ਖਾ ਤੂੰ ਆਪੇ, ਨਾ ਮੈਂ ਖਾਂਦਾ ਨਾ ਮਕਰ ਵੇਂਦਾ ਨਾ ਮੱਕਰੀਆਂ ਵੇਂਦਾ। ਉਹ ਜੀ ਜਿਹੜੀ ਉਹਨੇ ਗੱਲ ਕੀਤੀ ਸੀ ਨਾ, ਉਹ ਜੱਟ ਦੇ ਅੱਗੇ ਆ ਗਈ, ਮਕਰ ਦਾ ਨਾਂ ਲਿਆ, ਮਕਰੀ ਉਹਨੇ ਉਹਨੂੰ ਵਿਖਾਈ। ਇਹ ਜੀ ਮਕਰੀਆਂ ਛੋਟੀਆਂ ਮੋਟੀਆਂ ਜਿਹੜੀਆਂ ਨੇ ਇਹ ਹੁੰਦੀਆਂ ਰਹਿੰਦੀਆਂ ਨੇ, ਅਤੇ ਇਹ ਜੀਆਂ ਮਕਰੀਆਂ ਨੂੰ ਡੱਕਦਾ ਕੌਣ ਹੈ? ਉਹ ਬੰਦਾ ਡੱਕ ਸਕਦਾ ਜਿਹੜਾ ਬੜਾ ਹੁਸ਼ਿਆਰ ਅਤੇ ਚਲਾਕ ਹੋਵੇ। ਬਹਰਹਾਲ ਲਾਲੀ ਖੋਤਰ ਖੋਤਰ ਕੇ ਅਤੇ ਪਸ਼ੂ ਡੇਗ ਲੈਂਦੀ, ਅਤੇ ਔਰਤ ਤਾਂ ਫਿਰ ਔਰਤ ਹੁੰਦੀ ਹੈ। ਹਾਂਜੀ ਉਹ ਬੰਦੇ ਨੂੰ ਜਿਵੇਂ ਜਿਸ ਪਾਸੇ ਮੱਝੀ ਲਾ ਸਕਦੀ। ਉਹ ਜੀ ਮਕਰੀ ਜਿਹੀ ਉਹਨੇ ਵਿਖਾਈ ਜੱਟ ਨੇ, ਛਿੱਤਰ ਤਾਂ ਚਾਰ ਉਹਨੂੰ ਛੁੱਟ ਗਏ, ਪਰ ਉਹਨੇ ਮਕਰੀ ਜਿਹੜੀ ਸੀ ਨਾ ਉਹ ਉਹਨੂੰ ਵਿਖਾ ਕੇ ਛੱਡੀ। ਹਾਂਜੀ ਦੋਸਤੋ, ਮੈਨੂੰ ਬੜੀ ਉਮੀਦ ਹੈ ਕਿ ਮੇਰੀਆਂ ਗੱਲਾਂ ਲੋਕਾਂ ਦੇ ਦੋਸਤਾਂ ਦੇ ਪਸੰਦ ਆਉਂਦੀਆਂ ਨੇ, ਆਉਂਦੀਆਂ ਰਹਿੰਦੀਆਂ। ਅਤੇ ਯਾਰ ਮਿਹਰਬਾਨੀ ਕੀਤਾ ਕਰੋ, ਤੁਹਾਨੂੰ ਵਾਰ ਵਾਰ ਮੈਂ ਅਰਜ਼ ਕਰਦਾ ਰਹਿੰਦਾ ਬਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਤਾਂ ਕਰੋ, ਕਿਹੜੀ ਔਨ ਕਰੋ, ਲਾਈਕ ਕਰੋ, ਕਮੈਂਟ ਕਰੋ, ਦੱਸੋ ਮੈਨੂੰ ਵੀ ਗੱਲ ਕਿਹਦੀ ਆਪ, ਸਭ ਤੋਂ ਕਿਹਦੀ ਗੱਲ ਕੀਤੀ, ਠੀਕ ਹੈ? ਅਤੇ ਮੈਂ ਤੁਹਾਨੂੰ ਗੱਲਾਂ ਸੁਣਾਉਂਦਾ ਰਹਾਂਗਾ। ਇਨਸ਼ਾਅੱਲਾ ਬੜੀ ਉਮੀਦ ਹੈ ਕਿ ਦੋਸਤ ਮੇਰੀ ਇਸ ਗੱਲ 'ਤੇ ਅਮਲ ਕਰਨਗੇ। ਅਤੇ ਹੁਣ ਫਿਰ ਮੈਂ ਇਜਾਜ਼ਤ ਲੈ ਲਵਾਂ ਤੁਹਾਡੇ ਤੋਂ, ਅਗਲੇ ਪ੍ਰੋਗਰਾਮ ਵਾਸਤੇ ਇਜਾਜ਼ਤ ਦਿਓ ਫਿਰ ਮੈਨੂੰ, ਹੈ? ਚਲੋ ਠੀਕ ਹੈ, ਸਲਾਮ ਅਲੈਕੁਮ, ਪਾਕਿਸਤਾਨ ਜ਼ਿੰਦਾਬਾਦ।